ਕਿ ਸੋਭਾ ਸਿੰਘ ਨੇ ਇੱਕ ਵਧੀਆ ਆਰਟਿਸਟ ਹੋਣ ਦੇ ਕਹਿਣਾ ਸੀ ਕਿ ਇਹ ਬਾਬਾ ਨਾਨਕ ਜੀ ਦੀ ਜਿਹੜੀ ਹੈ ਸ਼ਕਲ ਆ ਮੇਰੇ ਸੋਭਾ ਸਿੰਘ ਨੇ ਬਿਲਕੁਲ ਤੇ ਆਪਣੀ ਹੂਬਹੂ ਸ਼ਕਲ ਗੁਰੂ ਨਾਨਕ ਸਾਹਿਬ ਦੀ ਸ਼ਕਲ ਨਾਲ ਮੈਚ ਕਰ ਰਹੀ ਨਾ ਫੋਟੋ ਬਣਾਤੀ ਔਰ ਲੋਕਾਂ ਨੇ ਵੀ ਮੰਨ ਲਿਆ ਸੀਗਾ ਕਿ ਬਾਕੀ ਹੀ ਇਹੀ ਅਸਲ ਵਿੱਚ ਗੁਰੂ ਨਾਨਕ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਾਜ ਤੁਹਾਡਾ ਆਪਣਾ ਰਾਜ ਚਿੱਤਰਕਾਰ ਦੋਸਤੋ ਲੋਕਾਂ ਦੇ ਮਨਾਂ ਵਿੱਚ ਜਿਹੜਾ ਰੋਸ ਭਰਿਆ ਹੋਇਆ ਸੋਭਾ ਸਿੰਘ ਪ੍ਰਤੀ ਨਾ ਵੀ ਸੋਭਾ ਸਿੰਘ ਨੇ ਹੂ ਆਪਣੀ ਸ਼ਕਲ ਨਾਲ ਮੈਚ ਕਰਦੀ ਨਾ ਗੁਰੂ ਨਾਨਕ ਸਾਹਿਬ ਦੀ ਤਸਵੀਰ ਬਣਾਤੀ ਆ ਬਿਲਕੁਲ ਕਲੀਅਰ ਕੱਟ ਆ ਉਹਦੇ ਵਿੱਚ ਮੈਂ ਵੀ ਇਹ ਇੱਕ ਆਰਟਿਸਟ ਹੋਣ ਦੇ ਨਾਤੇ ਮੇਰਾ ਵੀ ਦੱਸਣਾ ਫਰਜ਼ ਬਣਦਾ ਕਿ ਬਾਕੀ ਹੀ ਇਹਦੇ ਚ ਬਹੁਤ ਰੋਸ ਵਾਲੀ ਗੱਲ ਹੈ ਕਿ ਸੋਭਾ ਸਿੰਘ ਨੇ ਇੱਕ ਵਧੀਆ ਆਰਟਿਸਟ ਹੋਣ ਦੇ ਹੁੰਦੇ ਵੀ ਹੋਏ ਵੀ ਆਪਣੀ ਹੀ ਸ਼ਕਲ ਗੁਰੂ ਨਾਨਕ ਸਾਹਿਬ ਨੂੰ ਦੇ ਦਿੱਤੀ ਉਪਰੋਂ ਦੀ ਉਹਨਾਂ ਦਾ ਇਹ ਕਹਿਣਾ ਸੀ ਕਿ ਜਿਹੜਾ ਕਿ ਇਹ ਬਾਬਾ ਨਾਨਕ ਜੀ ਦੀ ਜਿਹੜੀ ਸ਼ਕਲ ਆ ਮੇਰੇ ਸੁਪਨੇ ਵਿੱਚ ਆਈ ਸੀਗੀ ਹਨਾ ਸਾਰੇ ਲੋਕਾਂ ਦੇ ਮਨਾਂ ਵਿੱਚ ਇਹੀ ਭਰਿਆ ਹੋਇਆ ਹੁਣ ਕਿ ਸੋਭਾ ਸਿੰਘ ਨੇ ਬਿਲਕੁਲ ਤੇ ਆਪਣੀ ਹੂਬਹੂ ਸ਼ਕਲ ਗੁਰੂ ਨਾਨਕ ਸਾਹਿਬ ਦੀ ਸ਼ਕਲ ਨਾਲ ਮੈਚ ਕਰ ਰਹੀ ਨਾ ਫੋਟੋ ਬਣਾਤੀ ਔਰ ਲੋਕਾਂ ਨੇ ਵੀ ਮੰਨ ਲਿਆ ਸੀਗਾ ਕਿ ਬਾਕੀ ਹੀ ਇਹੀ ਅਸਲ ਵਿੱਚ ਗੁਰੂ ਨਾਨਕ ਸਾਹਿਬ ਨੇ ਹਨਾ ਸੋ ਇੱਥੇ ਦੱਸਣਾ ਫਰਜ਼ ਬਣਦਾ ਕਿ ਬਿਲਕੁਲ ਹੀ ਮੈਂ ਤਾਂ ਇਸ ਨੂੰ ਸੋਭਾ ਸਿੰਘ ਦੀ ਬਹੁਤ ਵੱਡੀ ਕੀ ਕਹਿ ਸਕਦੇ ਹਾਂ ਇਹਦੇ ਵਿੱਚ ਇਹਨਾਂ ਵੀ ਸੋਭਾ ਸਿੰਘ ਇੱਕ ਆਰਟਿਸਟ ਵਧੀਆ ਆਰਟਿਸਟ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਇੱਕ ਵਧੀਆ ਇਹ ਗੱਲ ਨਹੀਂ ਕੀਤੀ ਕਿ ਆਪਣੀ ਹੀ ਸ਼ਕਲ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਮਤਲਬ ਕਿ ਪੇਸ਼ ਕਰਤਾ ਹਨਾ ਇਹਦੇ ਵਿੱਚ ਤੁਸੀਂ ਵੀ ਦੱਸਿਓ ਤੁਹਾਡੀ ਕੀ ਰਾਏ ਆ ਹਨਾ ਕਿਉਂਕਿ ਇੱਕ ਆਰਟਿਸਟ ਨੂੰ ਬਿਲਕੁਲ ਨਹੀਂ ਚਾਹੀਦਾ ਹੁੰਦਾ ਕਿਉਂਕਿ ਆਰਟਿਸਟ ਨੂੰ ਤਾਂ ਬਹੁਤ ਸਾਰੇ ਚਿਹਰਿਆਂ ਦਾ ਪਤਾ ਹੁੰਦਾ ਵੀ ਉਹ ਸ਼ਕਲਾਂ ਚੇਂਜ ਵੀ ਕਰ ਸਕਦੇ ਹੁੰਦੇ ਨੇ ਪਰ ਇਹਦੇ 'ਚ ਬਹੁਤ ਕਿਤੇ ਨਾ ਕਿਤੇ ਤਾਂ ਕੋਈ ਨਾ ਕੋਈ ਕੋਈ ਗੂੜਾ ਲੱਗਦਾ ਹੋਣਾ ਜਾਂ ਫਿਰ ਸੋਭਾ ਸਿੰਘ ਨੂੰ ਲੱਗਦਾ ਹੋਣਾ ਕਿ ਇਨਸਾਨ ਹੀ ਰੱਬ ਹੁੰਦਾ ਕਿ ਕਿਉਂਕਿ ਇਨਸਾਨਾਂ ਵਿੱਚ ਹੀ ਰੱਬ ਵੱਸਦਾ ਜਾਂ ਫਿਰ ਉਹਨਾਂ ਨੂੰ ਇਹ ਲੱਗਦਾ ਹੋਣਾ ਕਿ ਬੰਦੇ ਇਹ ਵਿੱਚ ਹੀ ਰੱਬ ਵੱਸਦਾ ਕਿ ਬੰਦਾ ਹੀ ਰੱਬ ਦਾ ਰੂਪ ਆ ਹਨਾ ਤੇ ਜਾਂ ਤਾਂ ਇਸ ਵਜ੍ਹਾ ਨਾਲ ਉਹਨਾਂ ਨੇ ਆਪਣੀ ਫੋਟੋ ਮਤਲਬ ਕਿ ਸੋਭਾ ਸਿੰਘ ਨੇ ਗੁਰੂ ਨਾਨਕ ਸਾਹਿਬ ਦੀ ਤਸਵੀਰ ਆਪਣੇ ਵਰਗੀ ਬਣਾਤੀ ਜਾਂ ਫਿਰ ਇਸ ਨੂੰ ਕੀ ਕਹਿ ਸਕਦੇ ਹਾਂ ਲੇਕਿਨ ਮੇਰੇ ਨਾਲ ਲੋਕਾਂ ਨੇ ਬਹੁਤ ਤਾਲੁਕਤ ਕੀਤੀ ਇਸ ਵਿਸ਼ੇ ਤੇ ਕਿ ਤੁਸੀਂ ਵਿਸਤਾਰ ਨੂੰ ਦੱਸੋ ਕਿ ਨਾ ਵੀ ਸੋਭਾ ਸਿੰਘ ਨੇ ਇਸ ਤਰ੍ਹਾਂ ਕਿਵੇਂ ਕਰਤਾ ਹਨਾ ਸੋ ਮੇਰਾ ਫਰਜ਼ ਬਣਦਾ ਸੀ ਇਹ ਗੱਲ ਤੇ ਟੌਪਿਕ ਤੇ ਬੋਲਣਾ ਕਿ ਵਾਕਈ ਹੀ ਉਹਨਾਂ ਨੇ ਬਹੁਤ ਵਧੀਆ ਗੱਲ ਨਹੀਂ ਕੀਤੀ ਇਹ ਬਹੁਤ ਨਿੰਦਣ ਯੋਗ ਗੱਲ ਹੈਗੀ ਆ ਇਹ ਕਿ ਉਹਨਾਂ ਨੇ ਹੀ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦਾ ਰੂਪ ਦੇ ਦਿੱਤਾ ਹਨਾ ਆਪਣੇ ਆਪ ਨੂੰ ਰੱਬ ਦਾ ਦਰਜਾ ਦੇਣਾ ਬਹੁਤ ਮਾੜੀ ਗੱਲ ਹੈ ਕਿਉਂਕਿ ਆਰਟਿਸਟ ਜਿਹੜੇ ਹੁੰਦੇ ਨੇ ਇਹ ਹੁੰਦੇ ਤਾਂ ਕੋਮਨ ਹਿਰਦੇ ਦੇ ਪਰ ਇਹ ਪਤਾ ਨਹੀਂ ਕਿਉਂ ਸੋਭਾ ਸਿੰਘ ਨੇ ਕਿਤੇ ਨਾ ਕਿਤੇ ਕਿਉਂਕਿ ਉਹਨਾਂ ਨੇ ਹਮੇਸ਼ਾ ਇਹ ਮੈਂ ਇੱਕ ਇੰਟਰਵਿਊ 'ਚ ਦੇਖਿਆ ਸੀ ਉਹਨਾਂ ਨੇ ਕਿਹਾ ਕਿ ਮੈਨੂੰ ਨਾਨਕ ਸਾਹਿਬ ਦਾ ਸੁਪਨਾ ਆਇਆ ਹਨਾ ਪਰ ਮੈਨੂੰ ਤਾਂ ਕਦੇ ਅੱਜ ਤੱਕ ਸੁਪਨਾ ਨਹੀਂ ਹੋਇਆ ਜਦੋਂ ਮੈਂ ਕੋਈ ਤਸਵੀਰ ਬਣਾਈ ਆ ਮੈਂ ਆਪਣੇ ਜਾਗਦੀਆਂ ਅੱਖਾਂ 'ਚ ਬਣਾਈ ਆ ਉਹ ਜਾਗਦੇ ਦਿਨ ਦੇ ਵਿੱਚ ਮੇਰੇ ਦਿਮਾਗ 'ਚ ਫੁਰਨਾ ਫੁਰਦਾ ਉਹ ਵੀ ਆਹ ਚੀਜ਼ ਬਣਾਉਣੀ ਆ ਕਦੇ ਸੁਪਨੇ 'ਚ ਮੈਨੂੰ ਕੋਈ ਚੀਜ਼ ਨਹੀਂ ਨਜ਼ਰ ਆਈ ਹੁਣ ਤੱਕ ਭਵਿੱਖ ਵਿੱਚ ਮੈਂ ਕਹਿ ਨਹੀਂ ਸਕਦਾ ਕਿ ਸੁਪਨੇ ਆਉਣ ਲੱਗੇ ਪਰ ਇੱਦਾਂ ਹੁੰਦਾ ਨਹੀਂ ਹੈ ਸੱਚਾਈ ਤਾਂ ਇਹ ਆ ਕਿ ਉਹ ਕਿਤੇ ਨਾ ਕਿਤੇ ਸੋਭਾ ਸਿੰਘ ਨੇ ਇਹ ਮੰਨ ਲਿਆ ਹੋਣਾ ਕਿ ਇਨਸਾਨ ਵਿੱਚ ਹੀ ਰੱਬ ਵੱਸਦਾ ਜਾਂ ਫਿਰ ਇਨਸਾਨ ਹੀ ਰੱਬ ਦਾ ਰੂਪ ਆ ਇੱਥੇ ਆਪਾਂ ਇਹ ਗੱਲ ਕਹਿ ਸਕਦੇ ਹਾਂ ਬਾਕੀ ਤੁਹਾਡੀ ਕੀ ਰਾਏ ਆਪਣਾ ਕਮੈਂਟ ਜ਼ਰੂਰ ਦੱਸਿਓ ਕਰਕੇ ਹਨਾ ਕਿੱਦਾਂ ਤੁਹਾਨੂੰ ਲੱਗਦਾ ਬਾਕੀ ਤੁਹਾਨੂੰ ਗੱਲ ਸੁਣਾਉਣਾ ਇੱਕ ਆਰਟਿਸਟ ਦੀ ਨਾ ਘਰਵਾਲੀ ਮਰ ਜਾਂਦੀ ਹੈ ਮੈਂ ਹੁਣ ਗੱਲ ਇੱਥੇ ਇਹ ਨਹੀਂ ਕਰਦਾ ਮੈਂ ਕਿਸੇ ਆਰਟਿਸਟ ਦੀ ਨਾਂ ਨਹੀਂ ਲੈਣਾ ਮੈਂ ਕਿ ਚਾਹੁੰਦਾ ਉਸ ਦੀ ਘਰਵਾਲੀ ਮਰ ਗਈ ਉਹ ਕਿਤੇ ਗਿਆ ਹੋਇਆ ਸੀਗਾ ਹਨਾ ਗੱਲ ਸੁਣਨ ਵਾਲੀ ਹੈ ਉਹਨੂੰ ਕਿਹਾ ਗਿਆ ਕਿ ਤੂੰ ਘਰ ਆ ਜਾ ਵੀ ਤੇਰੀ ਵਾਈਫ ਪੂਰੀ ਹੋ ਗਈ ਵੀ ਤੂੰ ਹਾਂ ਇਹਦਾ ਸੰਸਕਾਰ ਕਰਨਾ ਆਪਾਂ ਨੇ ਉਹ ਆਰਟਿਸਟ ਨੇ ਇਹ ਗਿਆ ਅੱਗਿਓਂ ਕਹਿੰਦਾ ਵੀ ਜਦੋਂ ਮਰੇਗੀ ਮੇਰੀ ਕੀ ਲੋੜ ਪੈ ਗਈ ਹਨਾ ਇੱਦਾਂ ਦੀ ਥਿਊਰੀ ਨਾ ਆਰਟਿਸਟ ਜਿਹੜੇ ਲੋਕ ਹੁੰਦੇ ਜ਼ਿਆਦਾ ਗੁੱਝ ਜਾਂਦੇ ਨੇ ਰੱਬ ਦੇ ਨਾ ਇਹਦੇ ਵਿੱਚ ਜ਼ਿਆਦਾ ਡੂੰਘਾਈ 'ਚ ਵੜ ਜਾਂਦੇ ਨੇ ਇਹਨਾਂ ਨਾ ਬੜਿਆ ਕਰੋ ਉਹਨਾਂ ਕੀ ਲੋੜ ਪੈਂਦੀ ਹੁੰਦੀ ਹੈ ਜਿੰਨੀ ਕੁ ਆਪਾਂ ਪਰਿਵਾਰ ਵੀ ਦੇਖਣਾ ਹੁੰਦਾ ਚਾਰੇ ਪਾਸੇ ਹੀ ਆਪਾਂ ਨਿਗਾਹ ਰੱਖਣੀ ਹੁੰਦੀ ਆ ਇਹ ਨਹੀਂ ਹੈ ਕਿ ਆਪਾਂ ਲਗਾਤਾਰ ਬਸ ਤਸਵੀਰਾਂ 'ਚ ਵੜ ਗਏ ਹੁਣ ਆਪਣੀ ਦੁਨੀਆ ਕੋਈ ਹੋਰ ਹੈ ਨਹੀਂ ਹੈ ਨਾ ਸਾਰੇ ਪਾਸੇ ਖਿਆਲ ਰੱਖਣਾ ਪਊਗਾ ਅਤੇ ਆਪਣੇ ਆਪ ਨੂੰ ਰੱਬ ਕਹਿਣਾ ਮਾੜੀ ਗੱਲ ਆ ਠੀਕ ਆ ਆਪਾਂ ਸਾਰੇ ਉਸਦੀ ਕਾਇਨਾਤ ਦੇ ਹਿੱਸਾ ਵਾਂ ਪਰ ਇਹ ਕਿਤੇ ਨਾ ਕਿਤੇ ਜਿਹੜਾ ਸੋਭਾ ਸਿੰਘ ਨੇ ਵੀ ਕੰਮ ਕੀਤਾ ਬਹੁਤ ਨਿੰਦਣਯੋਗ ਹੈ ਇਹਨੂੰ ਵੀ ਆਪਾਂ ਬਾਕੀ ਆਪਣੀ ਰਾਏ ਜ਼ਰੂਰ ਦਿਓ ਕਿੱਦਾਂ ਤੁਹਾਨੂੰ ਲੱਗਦਾ ਬਹੁਤ ਜਲਦੀ ਫਿਰ ਮਿਲਾਂਗੇ ਨਵੇਂ ਵਿਸ਼ੇ 'ਤੇ ਕਿਸੇ ਨਵੇਂ ਟੌਪਿਕ 'ਤੇ ਗੱਲ ਕਰਾਂਗੇ ਅਤੇ ਜਦ ਤੱਕ ਲਈ ਸਤਿ ਸ਼੍ਰੀ ਅਕਾਲ